ਪਾਗਰ ਡੈਮ ਦੇ ਵਿੱਚ ਪਾਣੀ ਦਾ ਪੱਧਰ ਹੁਣ ਸੁਰੱਖਿਅਤ ਜ਼ੋਨ ਦੇ ਵਿੱਚ ਡੀਸੀ ਡਾਕਟਰ ਪ੍ਰੀਤੀ ਯਾਦਵ ਨੇ ਕਿਹਾ ਸਥਿਤੀ ਹੁਣ ਕਾਬੂ ਹੇਠ ਪਾਗਰਾ ਡੈਮ ਤੋਂ ਸਤਲੁਜ ਦੇ ਵਿੱਚ ਛੱਡੇ ਜਾ ਰਹੇ ਪਾਣੀ ਦੀ ਦਿੱਤੀ ਸਾਰੀ ਲਾਈਵ ਜਾਣਕਾਰੀ ਪੰਜਾਬੀਆਂ ਦੇ ਲਈ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਾਖੜਾ ਡੈਮ ਨੂੰ ਲੈ ਕੇ ਪਾਖੜਾ ਤੋਂ ਛੱਡੇ ਗਏ ਪਾਣੀ ਨੂੰ ਲੈ ਕੇ ਸਭ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਨੇ ਤਾਂ ਡੀਸੀ ਰੂਪਨਗਰ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਇਸ ਵਕਤ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਚਿੰਤਾ ਨਹੀਂ ਵਧਾਵੇਗਾ ਕਿਉਂਕਿ ਪਾਣੀ ਦਾ ਪੱਧਰ ਹੈ ਜਿਹੜਾ ਉਹ ਸੁਰੱਖਿਅਤ ਜ਼ੋਨ ਦੇ ਵਿੱਚ ਆ ਚੁੱਕਿਆ ਹੈ ਪਾਣੀ ਦੀ ਗਤੀ ਵੀ ਹੁਣ ਬਹੁਤ ਜ਼ਿਆਦਾ ਘੱਟ ਹੈ ਸੋ ਜਿੰਨੇ ਵੀ ਪਿੰਡ ਇਸ ਦੇ ਪਾਣੀ ਦੀ ਮਾਰ ਹੇਠ ਆਏ ਨੇ ਉਹਨਾਂ ਸਾਰਿਆਂ ਦੇ ਵਿੱਚ ਬਿਜਲੀ ਰਾਸ਼ਨ ਪਾਣੀ ਦੀਆਂ ਸਹੂਲਤਾਂ ਪ੍ਰਭਾਵਿਤ ਲੋਕਾਂ ਤੱਕ ਲਗਾਤਾਰ ਪਹੁੰਚਾਈਆਂ ਗਈਆਂ ਨੇ ਤੇ ਜਾਰੀ ਵੀ ਨੇ ਸਾਰੇ ਰੂਪਨਗਰ ਵਾਸੀਆਂ ਨਾਲ ਇੱਕ ਇਨਫੋਰਮੇਸ਼ਨ ਮੈਂ ਸਾਂਝਾ ਕਰਨਾ ਚਾਹਾਂਗੀ ਕਿ ਜੀ ਸਾਡੇ ਡੈਮ ਦਾ ਜਿਹੜਾ ਲੈਵਲ ਹੈਗਾ ਉਹ ਕਾਫੀ ਸੇਫ ਲਿਮਿਟ ਚ ਆ ਗਿਆ ਹੈਗਾ ਤੇ ਜਿਹੜਾ ਸਾਡਾ ਪਾਣੀ ਦਾ ਫਲੋ ਵੀ ਹੈਗਾ ਉਹ ਵੀ ਕਾਫੀ ਸਟੇਬਲਾਈਜ਼ਡ ਹੈ ਜਿੰਨੇ ਵੀ ਵਿਲੇਜਸ ਸਾਡੇ ਕਟ ਆਫ ਹੋਏ ਸੀਗੇ ਉੱਥੇ ਇਲੈਕਟ੍ਰਿਸਿਟੀ ਪਾਣੀ ਤੇ ਰਾਸ਼ਨ ਸਾਡਾ ਰੈਗੂਲਰ ਚੱਲ ਰਿਹਾ ਹੈਗਾ ਮੈਡੀਕਲ ਕੈਂਪਸ ਵੀ ਚੱਲ ਰਹੇ ਹੈਗੇ ਤੇ ਤੁਹਾਡਾ ਸਾਡੇ ਨਾਲ ਸਾਥ ਦੇਣ ਵਾਸਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇਸ ਘੜੀ ਵਿੱਚ ਸਾਡੇ ਨਾਲ ਆਏ ਨਾਲ ਹੀ ਨਾਲ ਆਪਾਂ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਅਫਵਾਹਾਂ ਤੇ ਧਿਆਨ ਨਾ ਦਿਓ ਪਰੰਤੂ ਜਿੱਥੇ ਵੀ ਸਾਡੇ ਬ੍ਰਿਜਸ ਹੈਗੇ ਕਨਾਲ ਤੇ ਲੱਗਦੇ ਇਲਾਕੇ ਹੈਗੇ ਨਦੀਆਂ ਦੇ ਕੰਢੇ ਤੇ ਜਿਹੜੇ ਲੋਕੀ ਬੈਠੇ ਹੈਗੇ ਇਹੋ ਜਿਹੇ ਇਲਾਕੇ 'ਚ ਤੁਹਾਨੂੰ ਪਤਾ ਹੈਗਾ ਕਿ ਆਪਾਂ ਇੱਕ ਮਹੀਨੇ 'ਚ ਬਹੁਤ ਹੀ ਅਨਪ੍ਰੈਸੀਡੈਂਟਡ ਵਾਟਰ ਦਾ ਲੈਵਲ ਦੇਖਿਆ ਹੈਗਾ ਤੇ ਕਾਫੀ ਥਾਵਾਂ ਤੇ ਖਾਰ ਵੀ ਪੈ ਰਹੀ ਹੈ ਅਬਟਮੈਂਟ ਦੇ ਥੱਲੇ ਦੇ ਮਿੱਟੀ ਖਿਸਕ ਗਈ ਜਾਂ ਸੜਕ ਜਿਹੜੀ ਸੜਕਾਂ ਹੈਗੀਆਂ ਕਨਾਲ ਸਾਈਡ ਉੱਥੇ ਵੀ ਇਸ਼ੂਜ਼ ਹੈਗੇ ਤਾਂ ਆਪਾਂ ਕਿਸੇ ਸੀ ਵੀ ਇਹੋ ਜਿਹੇ ਜਗ੍ਹਾ ਤੇ ਨਾ ਖੜੀਏ ਤੇ ਉੱਥੇ ਖੜ ਕੇ ਸੈਲਫੀ ਲੈਣਾ ਫੋਟੋ ਲੈਣਾ ਜਾਂ ਉੱਥੇ ਇੱਕ ਤਰੀਕੇ ਦਾ ਆਪਾਂ ਇਕੱਠ ਨਾ ਕਰੀਏ ਬਿਕੋਜ਼ ਕਿਸੇ ਵੀ ਪਲ ਕਿਸੇ ਵੀ ਇਦਾਂ ਦੀ ਘਟਨਾ ਨਾ ਉਹ ਵਾਪਰ ਸਕੇ ਵਾਪਰ ਜਾਣ ਜਿਹਦੇ ਕਰਕੇ ਆਪਾਂ ਨੂੰ ਅੱਗੇ ਇਸ਼ੂਜ਼ ਵੀ ਆਉਣ ਤਾਂ ਮੇਰੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈਗੀ ਕਿ ਆਪਾਂ ਆਪ ਵੀ ਸੁਰੱਖਿਅਤ ਰਹੀਏ ਤੇ ਜਿਹੜੇ ਕੰਮ ਚੱਲ ਰਹੇ ਰੀਇਨਫੋਰਸਮੈਂਟ ਦੇ ਇਸ ਵਹਿੰਦੇ ਪਾਣੀ 'ਚ ਵੀ ਹਾਈ ਫਲੋ 'ਚ ਵੀ ਸਾਡੇ ਕ੍ਰੇਟਸ ਦੇ ਕੰਮ ਚੱਲਦੇ ਪਏ ਹੈਗੇ ਉਹਦੇ 'ਚ ਵੀ ਤੁਹਾਡੇ ਸਪੋਰਟ ਦੀ ਮੈਂ ਬੇਨਤੀ ਕਰਦੀ ਹਾਂ ਤਾਂ ਜਿੱਥੇ ਵੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿ ਜੀ ਪਾਣੀ ਨੇ ਰੂਟ ਬਦਲ ਕੇ ਕਿਸੇ ਆਬਾਦੀ ਵਾਲੇ ਇਲਾਕੇ 'ਚ ਖਾਰ ਪੈਣੀ ਸ਼ੁਰੂ ਹੋ ਗਈ ਜਾਂ ਪਾਣੀ ਨੇ ਕੋਈ ਰੂਟ ਤਬਦੀਲੀ ਕੀਤੀ ਹੈ ਤਾਂ ਉਹ ਤੁਸੀਂ ਸਾਡੇ ਧਿਆਨ 'ਚ ਲਾਓ।